ਸਤਿਗੁਰੂ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵੀਡੀਓ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਾਂ ਉਹਨੂੰ ਦਿਖਾਉਣੇ ਆ ਕਿ ਪੰਜਾਬ ਦੇ ਵਿੱਚ ਪ੍ਰੋਪਰ ਲੋਕਡਾਊਨ ਆ ਤੇ ਦੇਖਦੇ ਆ ਜੀ ਠੇਕੇ ਖੁੱਲੇ ਆ ਕਿਉਂਕਿ ਬਹੁਤ ਵੀਡੀਓ ਆਈਆਂ ਵੀ ਆ ਤਾਂ ਅਸੀਂ ਦੇਖਣਾ ਚਾਹੁੰਦੇ ਵੀ ਆ ਸਾਡੇ ਇਲਾਕੇ ਦੇ ਕੀ ਹਾਲ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਅਸੀਂ ਚੱਲੇ ਹਾਂ ਜੀ ਪੰਗਿਆਂ ਨੂੰ ਤੇ ਟਾਈਮ ਹੋ ਚੁੱਕਾ 6 ਵੱਜ ਗਏ ਆ ਤੇ ਨਾਲ ਮੇਰੇ ਲੱਕੀ ਆ ਤੇ ਲੱਕੀ ਮੰਨਦਾ ਨਹੀਂ ਕਿ ਠੇਕੇ ਖੁੱਲੇ ਹੋਊਗੇ शटर बंद आ बाहर जो ठेके का रश पिया इन्ने जने खड़े आ बई अपने सारे भरा आ तू समझ ला आपे कल खड़े हो गए देख ला जी इतना चेक करना जो अगले ठेके चलिए चल अगे चलते पोसी वाला ठेका आ गया ते ठेका तो मैं देखा 6:30 बजे भी खुला होंदा ते हुण अज भी देख ली लक्की ठेका खुला होगा चलो जी हुण तुहानू मोरा वाली दिखाने शटर बंद भी होया तजर्बा करना बाबे हुण तू उतर के जाके लैके आई बस शटर खड़कौना नाले तेनू पुछूगा दसो भाजी अंग्रेजी चाहीदी अंग्रेजी देसी चाहीदी कि अंग्रेजी ਵਹਿਮ ਸੀਗਾ ਨਾ ਲੱਕੀ ਦਾ ਵਹਿਮ ਸੀ ਵੀ ਠੇਕੇ ਜੀ ਸ਼ਟਰ ਬੰਦ ਆ ਠੇਕੇ ਤਾਂ ਬੰਦ ਆ ਬਈ ਲੋਕਾਂ ਨੂੰ ਦਾਰੂ ਨੀ ਮਿਲਦੀ ਸ਼ਾਇਦ ਕਿਸੇ ਸ਼ਹਿਰ ਦੇ ਵਿੱਚ ਹੋ ਸਕਦਾ ਜਿੱਥੇ ਕਿਤੇ ਥਾਣਾ ਥੂਣਾ ਲੱਗ ਕੇ ਹੋਵੇ ਉੱਥੇ ਸ਼ਾਇਦ ਬੰਦ ਹੋਊਗਾ ਪਰ ਹੁਣ ਇਹਦਾ ਵਹਿਮ ਨਿਕਲਣਾ ਉਹ ਦੇਖੋ ਹੁਣ ਫੜਾਤੇ ਪੈਸੇ ਉਹਨੂੰ ਤੇ ਖਿੜਕੀ ਰੱਖੀ ਆ ਇਹਨਾਂ ਨੇ ਚੋਰੀ ਵਾਲੀ ਬਈ ਨਿੱਕੀ ਜਿਹੀ ਖਿੜਕੀ ਰੱਖੀ ਆ ਜਿੱਥੋਂ ਸਪਲਾਈ ਹੁੰਦੀ ਆ मतलब चलो प्रॉफिट या कुछ भी मतलब चलो सरकार कर दी भी बहुत कुछ है पर एक गल है जो आम दुकानदार है जो आम बंदा मतलब असि टैक्स देंगे नहीं है जो सा लॉ जो मतलब यार वो छड़ना हुण पुलिस वालों निके इत्थे तक गोलगप्पे वालिया का भी जो रेहड़िया लाने बर्गर वालिया का भी उन्होंने भी चलान किए गए 500-500, 1000-1000 रुपए के आम जो बंदा है हिसाब ला ला भी ओ हाल होगा
ਦੇ ਚਲਾਨ ਆਮ ਬੰਦੇ ਦੇ ਚਲਾਨ ਹੁੰਦੇ ਆ ਪਰ ਜਿਹੜੇ ਇਹ ਠੇਕਿਆਂ ਵਾਲੇ ਆ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਇਹ ਪ੍ਰਸ਼ਾਸਨ ਹੀ ਦੱਸ ਸਕਦਾ ਜਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਵੀ ਇਹ ਵਿਚਾਰੇ ਐਡੇ ਐਡੇ ਠੇਕਿਆਂ ਵਾਲੇ ਬਾਈ ਆ ਆਪਣੇ ਵੀ ਇਹਨਾਂ ਇਹ ਕਾਹਤੇ ਨਹੀਂ ਕਾਨੂੰਨ ਦੀ ਪਾਲਣਾ ਕਰਦੇ ਜਾਂ ਫਿਰ ਪ੍ਰਸ਼ਾਸਨ ਇਹਨਾਂ ਤੋਂ ਕਾਨੂੰਨ ਨੂੰ ਫੋਲੋ ਕਰਵਾਉਂਦਾ ਨਹੀਂ ਹੈਗਾ ਚਲੋ ਦੋਸਤੋ ਬਸ ਇੰਨਾ ਕੀ ਦਿਖਾਉਣਾ ਸੀ ਕਿ ਦੇਖ ਲਓ ਜੀ ਬਾਜ਼ਾਰ ਬੰਦ ਆ ਅਤੇ ਸਾਡੇ ਠੇਕਿਆਂ 'ਤੇ ਹਾਲੇ ਵੀ ਦਾਰੂ ਵਿਕ ਰਹੀ ਆ ਅਤੇ ਅੱਜ ਮੇਰੀ ਸਿਹਤ ਵੀ ਠੀਕ ਨਹੀਂ ਹੈਗੀ ਗਲਾ ਵੀ ਮੇਰਾ ਖਰਾਬ ਹੈ ਮੈਨੂੰ ਤਾਂ ਆਪ ਮੈਨੂੰ ਲੱਗਦਾ ਕੋਵਿਡ ਦਾ ਟੈਸਟ ਕਰਵਾਉਣਾ ਪੈਣਾ ਫਿਰ ਦੁਬਾਰਾ ਅਤੇ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਬ ਰਾਖਾ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰ ਦਿਓ।